ਕਰੀਬ 2 ਮਹੀਨੇ ਪਹਿਲਾਂ ਸੰਸਦ ਕਿਰਨ ਖੇਤ ਤੇ ਇੱਕ ਬਿਜ਼ਨਸਮੈਨ ਚੇਤਨ ਅਗਰਵਾਲ ਦਾ ਆਪਸੀ ਵਿਵਾਦ ਹੋਇਆ ਸੀ ਪੈਸੇ ਦਾ ਲੈਣ-ਦੇਣ ਸੀ ਕਰੀਬ 8 ਕਰੋੜ ਦਾ ਲੈਣ-ਦੇਣ ਸੀ ਜਿਸ ਨੂੰ ਲੈ ਕੇ ਪੁਲਿਸ ਤੱਕ ਇਹ ਮਾਮਲਾ ਗਿਆ ਐਫ ਆਈ ਆਰ ਤੱਕ ਹੋਈ ਤੇ ਹੁਣ ਉਸ ਮਾਮਲੇ 'ਚ ਕੰਪਰੋਮਾਈਜ਼ ਹੋਇਆ 8 ਕਰੋੜ ਦਾ ਚੈੱਕ ਚੇਤਨ ਅਗਰਵਾਲ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਵੱਲੋਂ ਹੁਣ ਕਿਰਨ ਖੇਤ ਨੂੰ ਦੇ ਦਿੱਤਾ ਗਿਆ ਇਸ ਪੂਰੇ ਮਾਮਲੇ 'ਚ ਹੁਣ ਤੱਕ ਦੀ ਗੱਲ ਕਰ ਲਈ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਕਿਸ ਤਰ੍ਹਾਂ ਦਾ ਆਪਸ ਕੰਪਰੋਮਾਈਜ਼ ਹੋਇਆ ਸਾਡੇ ਨਾਲ ਐਡਵੋਕੇਟ ਸ਼ਿਵ ਕੁਮਾਰ ਸ਼ਰਮਾ ਜੀ ਨੇ ਸ਼ਰਮਜੀ ਜੀ ਜਿਸ ਤਰ੍ਹਾਂ ਦੀ ਪਿੱਛਾ ਜੇ ਆਪਾਂ ਗੱਲ ਕਰੀਏ ਕਈ ਵਿਵਾਦ ਹੋਏ ਸੀਗੇ ਪ੍ਰੋਟੈਕਸ਼ਨ ਵੀ ਹੋਈ ਕੋਰਟ ਵੀ ਗਏ ਉਸ ਤੋਂ ਬਾਅਦ ਐਫ ਆਈ ਆਰ ਵੀ ਹੋਈ ਤੇ ਹੁਣ ਇਸ ਮਾਮਲੇ 'ਚ ਜੇ ਆਪਾਂ ਗੱਲ ਕਰੀਏ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਗੱਲਬਾਤ ਹੋਈ ਹੈ ਕੰਪਰੋਮਾਈਜ਼ ਹੋ ਗਿਆ ਕਿਸ ਤਰ੍ਹਾਂ ਦੇ ਸਰ ਦੇਖੋ ਅਲਟੀਮੇਟਲੀ ਹੈ ਤਾਂ ਇਹ ਮਨੀ ਡਿਸਪਿਊਟੀ ਸੀ ਜਦੋਂ ਪਹਿਲਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਉਦੋਂ ਸਿਰਫ ਇਹ ਕਾਰਨ ਕਰਕੇ ਖੜਕਟਾਇਆ ਸੀ ਕਿ ਜੋ ਮਨੀ ਐਕਸਚੇਂਜ ਹੋਈ ਹੈ ਇੱਕ ਨੰਬਰ 'ਚ ਹੋਈ ਹੈ ਉਹਦੇ ਲਈ ਲੀਗਲ ਰੈਮਡੀਜ਼ ਦੋਨੋਂ ਪਾਰਟੀਆਂ ਕੋਲ ਅਵੇਲੇਬਲ ਨਹੀਂ ਬਟ ਚਲੋ ਜੋ ਵੀ ਚਤਨਿਆ ਅਗਰਵਾਲ ਜੀ ਨਾਲ ਕੋਈ ਉਹਨਾਂ ਨੂੰ ਗ੍ਰੀਵੈਂਸ ਸੀ ਉਹਨਾਂ ਨੇ ਰਿਕਰ ਪ੍ਰੋਟੈਕਸ਼ਨ ਫਾਈਲ ਕੀਤੀ ਸੀ ਸੁਪਰੀਮ ਕੋਰਟ ਤੱਕ ਗਏ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੀ ਵੀ ਉਦੋਂ ਬਾਅਦ ਜੋ ਵੀ ਪੈਸੇ ਦਾ ਇਹਨਾਂ ਦਾ ਲੈਂਡਿੰਗ ਸੀ 8 ਕਰੋੜ ਰੁਪਏ ਦਾ ਉਹ ਹੁਣ ਚਤਨਿਆ ਅਗਰਵਾਲ ਜੀ ਨੇ ਵਾਪਿਸ ਕਰਤੇ ਆ ਵਾਈਟ ਡਿਫਰੈਂਟ ਚੈਕਸ ਐਂਡ ਡਿਮਾਂਡ ਡਰਾਫਟਸ ਤੇ ਮੈਟਰ ਸੈਟਲ ਹੋ ਗਿਆ ਜੀ ਤੇ ਕੋਰਟ ਨੇ ਵੀ ਐਂਟੀਸੀਪੇਟਰੀ ਬੀਲ ਗ੍ਰਾਂਟ ਕਰਤੀ ਹੈ ਇਸ ਸਬਕਿਸ ਅਧਾਰ ਤੇ ਜਿਹੜੀ ਹੈਗੀ ਨਾ ਆਪਸੀ ਦੋਨੋਂ ਦੀ ਸਹਿਮਤੀ ਬਣੀ ਹੈ ਪੈਸੇ ਦਾ ਹਾਲਾਤ ਤੁਸੀਂ ਜਿੱਦਾ ਕਿ ਪੈਸੇ ਦਾ ਲੈਣ ਸੀ ਤੇ ਹੁਣ ਮਤਲਬ ਕਿਸ ਅਧਾਰ ਤੇ ਜਿਹੜਾ ਹੈਗਾ ਇਹ ਪੈਸੇ ਦੀ ਲੈਣ ਦੇਣ ਸੀ ਜੀ ਮਨੀ ਵਾਸ ਡਿਮਾਂਡਡ ਕਿ ਤੁਹਾਨੂੰ ਜੋ ਮਨੀ ਦਿੱਤੀ ਗਈ ਹੈ ਉਹਨੂੰ ਵਾਪਸ ਕਰੋ ਵਿਦ ਇੰਟਰਸਟ ਐਂਡ ਆਲ ਤੇ ਉਹ ਪੈਸਾ ਸਾਰਾ ਵਾਪਸ ਹੋ ਗਿਆ ਤੇ ਹੁਣ ਕੰਪਲੇਨੈਂਟ ਨੂੰ ਵੀ ਕੋਈ ਗ੍ਰੀਵੈਂਸ ਨਹੀਂ ਜੀ ਕੋਰਟ ਨੇ ਵੀ ਐਂਟੀਸੀਪੇਟਰੀ ਬੀਲ ਨੂੰ ਐਬਸੋਲੂਟ ਕਰਤੇ ਜੀ ਕੱਲ ਅੱਛਾ ਜਿਹੜੀ ਐਫ ਆਈ ਆਰ ਹੋਈ ਹੈ ਜੀ ਜਿਹੜ 420 ਵੀਓ ਸੀ ਤੇ ਉਹਦੇ ਵਿੱਚ ਕੈਂਸਲੇਸ਼ਨ ਵੀ ਆ ਸਕਦੀ ਹੈ ਜੇ ਕੋਸ਼ਿੰਗ ਫਾਈਲ ਕਰਨੀ ਪਈ ਤਾਂ ਕੋਸ਼ਿੰਗ ਹਾਈ ਕੋਰਟ ਫਾਈਲ ਕਰਾਂਗੇ ਜੀ ਹੂੰ ਕਿਉਂਕਿ ਸਰ ਚੇਤਨ ਅਗਰਵਾਲ ਵੱਲੋਂ ਕਿਹਾ ਗਿਆ ਸੀਗਾ ਕਿ ਮੇਰੇ ਨਾਲ ਕੁੱਟਮਾਰ ਜਾਂ ਫਿਰ ਜਿਸ ਤਰ੍ਹਾਂ ਕਾਫੀ ਡਰੇ ਹੋਏ ਸੀਗੇ ਜਦ ਕੀਤਾ ਸੀਗਾ ਤੇ ਹੁਣ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਨਹੀਂ ਹੁਣ ਮੈਟਰ ਸੈਟਲ ਹੋ ਗਿਆ ਜੀ ਰਿਟਰਨ ਵੀ ਕਰ ਲਿਆ ਉਹਨਾਂ ਨੇ ਜੋ ਵੀ ਅਮਾਉਂਟ ਸੀ ਜੋ ਵੀ ਡਿਸਪਿਊਟ ਸੀ ਸਾਰਾ ਬਲੈਕ ਐਂਡ ਵਾਈਟ ਦੇ ਵਿੱਚ ਸੈਟਲ ਹੋ ਗਿਆ ਉਹਨਾਂ ਦਾ ਹੂੰ ਤੇ ਐਂਟੀਸਪੇਟਰੀ ਬੇਲ ਵੀ ਹੋ ਗਈ ਹੈ ਐਂਡ ਦੇ ਹੈਵ ਨਾਓ ਸੈਟਲ ਦੀ ਮੈਟਰ ਐਂਡ ਦੇ ਵਿਲ ਵਿਦਡਰਾ ਦੀ ਪ੍ਰੋਸੀਡਿੰਗਸ ਜੋ ਵੀ ਸਿਕਿਉਰਿਟੀ ਨੂੰ ਲੈ ਕੇ ਜੇ ਆਪਾਂ ਗੱਲ ਕਰੀ ਸਿਕਿਉਰਿਟੀ ਵੀ ਹੁਣ ਸਿਕਿਉਰਿਟੀ ਵੀ ਦੇਖੋ ਜੋ ਡਿਸਪਿਊਟ ਮਨੀ ਦਾ ਸੀ ਉਹੀ ਖਤਮ ਹੋ ਗਿਆ ਤਾਂ ਆਈ ਡੋਨਟ ਥਿੰਕ ਸੋ ਕਿ ਹੁਣ ਕੋਈ ਲੋਡ ਹੈ ਜਾਂ ਠੀਕ ਹੈ ਅਗੇਨ ਵਾਲੇ ਸਮੇਂ ਜੇ ਮਤਲਬ ਇਸ ਤਰ੍ਹਾਂ ਦੀ ਕੋਈ ਹਾਂਜੀ ਹਾਂ ਜੇ ਕੁਝ ਹੁੰਦਾ ਹੈ ਤਾਂ ਉਹ ਉਹਨਾਂ ਕੋਲ ਰੈਮਡੀ ਹੋਊਗੀ ਜੀ ਹਮੇਸ਼ਾ ਹੈ ਠੀਕ ਹੈ ਤੇ ਬਿਲਕੁਲ ਹੁਣ ਜਿੱਦਾਂ ਐਡਵੋਕੇਟ ਸ਼ਿਪ ਕੁਮਾਰ ਸ਼ਰਮਾ ਵੱਲੋਂ ਦੱਸਿਆ ਗਿਆ ਹੈ ਕਿ ਪੂਰਾ ਜਿਹੜੀ ਵੀ ਉਹਨਾਂ ਦੀ ਆਪਸੀ ਵਿਵਾਦ ਸੀਗਾ ਪੈਸੇ ਨਹੀਂ ਲੈਣ ਦੇ ਨੂੰ ਲੈ ਕੇ ਉਹ ਸਾਰਾ ਕੰਪਰੋਮਾਈਜ਼ ਹੋ ਗਿਆ ਵਿਦ ਚੈੱਕ ਉਹਨਾਂ ਨੂੰ ਪੈਸੇ ਦੇ ਦਿੱਤੇ ਗਏ ਨੇ ਹਾਲਾਂਕਿ ਜਿਸ ਤਰ੍ਹਾਂ ਦੀ ਕੋਈ ਐਫ ਆਈ ਆਰ ਹੋਈ ਹੈ ਉਹਦੇ ਤੋਂ ਲੈ ਕੇ ਵੀ ਕੁਐਸ਼ਿੰਗ ਜਾਂ ਕੈਨਸਲੇਸ਼ਨ ਨੂੰ ਲੈ ਕੇ ਵੀ ਜਿਹੜਾ ਪ੍ਰੋਸੈਸ ਹੈ ਉਹ ਆਉਣ ਵਾਲੇ ਸਮੇਂ 'ਚ ਕੀਤਾ ਜਾਏਗਾ ਚੰਦੀਕਰ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ ਟੀਮ ਅਧਿਆ